ਕਿ ਹਰਮੀਤ ਸਿੰਘ ਕਾਲਕਾ ਜੀ ਨੂੰ ਉਸ ਵੇਲੇ ਚੇਤਾ ਕਿਉਂ ਨਾ ਆਇਆ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣ ਦਾ, ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਉਹ MLA ਬਣੇ, ਜਿਸ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦਾ ਦਿੱਲੀ ਸ਼੍ਰੋਮਣੀ ਅਕਾਲੀ ਦਲ ਦਾ ਦਿੱਲੀ ਸਟੇਟ ਦਾ ਪ੍ਰਧਾਨ ਬਣਾਇਆ। ਸਾਰੀ ਸਿੱਖ ਸੰਗਤ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਇਹ ਜੋ ਤੁਸੀਂ ਬਿਆਨਬਾਜ਼ੀ ਕਰ ਰਹੇ ਹੋ ਇਹ ਕਿਸ ਦੇ ਇਸ਼ਾਰਿਆਂ ਦੇ ਉੱਤੇ ਕਰ ਰਹੇ ਹੋ। ਲੇਕਿਨ ਅੱਛਾ ਲੱਗਦਾ ਜੇ ਤੁਸੀਂ ਉਸ ਦਿਨ ਇਹ ਵੀ ਜ਼ਿਕਰ ਕਰਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੰਥ ਦੀ ਸਰਕਾਰ ਵੇਲੇ ਵਿਰਾਸਤ ਏ ਖਾਲਸਾ ਬਣਿਆ, ਛੋਟੇ ਘੱਲੂਘਾਰੇ ਦੀ ਯਾਦ ਬਣੀ, ਵੱਡੇ ਘੱਲੂਘਾਰੇ ਦੀ ਯਾਦ ਬਣੀ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਬਣੀ, ਚੱਪੜ ਚਿੜੀ ਦੀ ਯਾਦਗਾਰ ਬਣਾਈ ਗਈ ਔਰ ਅਨੇਕਾਂ ਕੰਮ ਨੇ ਜਿਹੜੇ ਮੈਂ ਤੁਹਾਨੂੰ ਯਾਦ ਕਰਾਵਾਂਗਾ। ਕਾਲਕਾ ਜੀ, ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਬੰਦ ਕਰੋ ਭੰਡਣਾ ਸ਼੍ਰੋਮਣੀ ਅਕਾਲੀ ਦਲ ਨੂੰ, ਬੰਦ ਕਰੋ ਭੰਡਣਾ ਸ਼੍ਰੋਮਣੀ ਕਮੇਟੀ ਨੂੰ, ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਪਿਛਲੇ ਦਿਨੀ ਹਰਮੀਤ ਸਿੰਘ ਕਾਲਕਾ ਜੀ ਇੱਕ ਸਭਾ ਵਿੱਚ ਜਾਂਦੇ ਨੇ ਔਰ ਉੱਥੇ ਦਾ ਇੱਕ ਕਲਿੱਪ ਬੜਾ ਵਾਇਰਲ ਹੋ ਰਿਹਾ, ਜਿਸ ਵਿੱਚ ਉਹਨਾਂ ਨੇ ਬੜਾ ਇੱਕ ਚਿੰਤਾ ਪ੍ਰਗਟਾਈ ਕਿ ਸਾਡੇ ਸਿੱਖ ਭਰਾ ਨੇ ਜਿਹੜੇ ਉਹ ਕ੍ਰਿਸਚਨ ਬਣਦੇ ਜਾ ਰਹੇ ਨੇ। ਬੜਾ ਚਿੰਤਾ ਦਾ ਵਿਸ਼ੇ ਹੈ ਬਿਲਕੁਲ ਕਿ ਸਾਡੇ ਕੁਝ ਵੀਰ ਕ੍ਰਿਸਚਨ ਬਣਦੇ ਜਾ ਰਹੇ ਨੇ, ਲੇਕਿਨ ਉਸ ਤੋਂ ਵੀ ਵੱਡਾ ਚਿੰਤਾ ਦਾ ਵਿਸ਼ੇ ਹੈ ਕਿ ਅੱਜ ਕਿਉਂ ਅੱਜ ਯਾਦ ਆਈ ਹਰਮੀਤ ਸਿੰਘ ਕਾਲਕਾ ਜੀ ਨੂੰ ਔਰ ਉਸ ਦਿਨ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਬੜਾ ਭੰਡਿਆ ਕਿ ਸ਼੍ਰੋਮਣੀ ਕਮੇਟੀ ਕੁਛ ਨਹੀਂ ਕਰ ਰਹੀ, ਸ਼੍ਰੋਮਣੀ ਅਕਾਲੀ ਦਲ ਨੇ ਕੁਛ ਨਹੀਂ ਕੀਤਾ ਜਿਸ ਵੇਲੇ ਪੰਥ ਦੀ ਸਰਕਾਰ ਸੀ। ਮੈਂ ਅੱਜ ਚਿੰਤਾ ਦਾ ਵਿਸ਼ਾ ਅੱਜ ਇਹ ਵੀ ਬਣਿਆ ਕਿ ਹਰਮੀਤ ਸਿੰਘ ਕਾਲਕਾ ਜੀ ਨੂੰ ਉਸ ਵੇਲੇ ਚੇਤਾ ਕਿਉਂ ਨਾ ਆਇਆ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣ ਦਾ, ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਉਹ MLA ਬਣੇ, ਜਿਸ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦਾ ਦਿੱਲੀ ਸ਼੍ਰੋਮਣੀ ਅਕਾਲੀ ਦਲ ਦਾ ਦਿੱਲੀ ਸਟੇਟ ਦਾ ਪ੍ਰਧਾਨ ਬਣਾਇਆ, ਉਸ ਵੇਲੇ ਚੇਤਾ ਕਿਉਂ ਨਾ ਆਇਆ ਜਿਸ ਵੇਲੇ ਉਹਨਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਵਾਇਆ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ। ਕਾਲਕਾ ਜੀ, ਉਸ ਦਿਨ ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਹੁਣ ਦੀ BJP ਸਰਕਾਰ ਨੇ ਰਾਮ ਮੰਦਿਰ ਬਣਵਾਇਆ, ਤੁਸੀਂ ਉਸ ਦਿਨ ਰਾਮ ਮੰਦਿਰ ਦਾ ਤਾਂ ਜ਼ਿਕਰ ਕੀਤਾ, ਲੇਕਿਨ ਅੱਛਾ ਲੱਗਦਾ ਜੇ ਤੁਸੀਂ ਉਸ ਦਿਨ ਇਹ ਵੀ ਜ਼ਿਕਰ ਕਰਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੰਥ ਦੀ ਸਰਕਾਰ ਵੇਲੇ ਵਿਰਾਸਤ ਏ ਖਾਲਸਾ ਬਣਿਆ, ਛੋਟੇ ਘੱਲੂਘਾਰੇ ਦੀ ਯਾਦ ਬਣੀ, ਵੱਡੇ ਘੱਲੂਘਾਰੇ ਦੀ ਯਾਦ ਬਣੀ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਬਣੀ, ਚੱਪੜ ਚਿੜੀ ਦੀ ਯਾਦਗਾਰ ਬਣਾਈ ਗਈ ਔਰ ਅਨੇਕਾਂ ਕੰਮ ਨੇ ਜਿਹੜੇ ਮੈਂ ਤੁਹਾਨੂੰ ਯਾਦ ਕਰਾਵਾਂ ਔਰ ਸਭ ਤੋਂ ਵੱਡਾ ਕੰਮ ਜਿਹੜਾ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ, ਜਿਹੜਾ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਯਾਦ ਵਿੱਚ ਉੱਥੇ ਯਾਦਗਾਰ ਬਣਾਈ ਗਈ ਔਰ ਇਹ ਕੰਮ ਇੰਨਾ ਵੱਡਾ ਸੀ ਕਿ ਉਸ ਵੇਲੇ ਦੀ ਸਾਂਝੀ ਸਰਕਾਰ ਸੀ ਜਿਹੜੀ BJP ਨੇ, ਉਸਦੇ ਪੁਰਜ਼ੋਰ ਵਿਰੋਧ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਨੇ ਉਹ ਯਾਦਗਾਰ ਬਣਵਾਈ, ਜਿਹੜੀ ਜੁਗਾਂ ਜੁਗਾਂ ਤੱਕ ਲੋਕੀ ਇਸ ਚੀਜ਼ ਤੋਂ ਨਤਮਸਤਕ ਹੋਣਗੇ ਔਰ ਯਾਦ ਕਰਿਆ ਕਰਨਗੇ ਕਿ ਇਹ ਸਾਡੇ ਸ਼ਹੀਦ ਸਨ। ਕਾਲਕਾ ਜੀ, ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਬੰਦ ਕਰੋ ਭੰਡਣਾ ਸ਼੍ਰੋਮਣੀ ਅਕਾਲੀ ਦਲ ਨੂੰ, ਬੰਦ ਕਰੋ ਭੰਡਣਾ ਸ਼੍ਰੋਮਣੀ ਕਮੇਟੀ ਨੂੰ, ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ। ਅੱਜ ਸਾਡੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਇੰਸਟੀਚਿਊਟ ਫੇਲ ਹੋ ਚੁੱਕੇ ਨੇ। ਇੱਕ ਟਾਈਮ ਸੀ ਆ ਜਦੋਂ ਹਿੱਤ ਸਾਹਿਬ ਹੋਰਾਂ, ਸਰਨਾ ਸਾਹਿਬ ਹੋਰਾਂ ਪ੍ਰਧਾਨ ਸਾਹਿਬ ਹੁੰਦੇ ਸੀ, ਉਦੋਂ ਸਕੂਲਾਂ ਦੇ ਬਾਹਰ ਲਾਈਨਾਂ ਲੱਗਦੀਆਂ ਸੀ ਐਡਮਿਸ਼ਨ ਦੀਆਂ, ਅੱਜ ਸਾਡੇ ਸਕੂਲ ਖਾਲੀ ਪਏ ਨੇ। ਇਹਨਾਂ ਵੱਲ ਧਿਆਨ ਦਿਓ, ਜਿਹੜੀ ਸਿੱਖੀ ਜਿਹੜੀ ਬਦਲਦੀ ਜਾ ਰਹੀ ਹੈ ਉਹਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਸਾਡੇ ਇੰਸਟੀਚਿਊਟ ਖਤਮ ਹੋ ਰਹੇ ਨੇ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਖਤਮ ਹੁੰਦੇ ਜਾ ਰਹੇ ਨੇ। ਇਸ ਵੱਲ ਧਿਆਨ ਦਵੋ, ਸਾਡੇ ਐਡਮਿਸ਼ਨ ਜਦੋਂ ਇੱਧਰ ਆਣਗੇ, ਸਾਡੇ ਜਦੋਂ ਪਨੀਰੀ ਸਾਡੇ ਸਕੂਲਾਂ ਵਿੱਚ ਪੜੇਗੀ ਤਾਂ ਸਾਡੀ ਸਿੱਖੀ ਵਧੇਗੀ, ਇਸ ਗੱਲ ਦਾ ਜ਼ਰੂਰ ਧਿਆਨ ਦਿਓ। ਅੱਜ ਸਾਰੀ ਸਿੱਖ ਸੰਗਤ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਇਹ ਜੋ ਤੁਸੀਂ ਬਿਆਨਬਾਜ਼ੀ ਕਰ ਰਹੇ ਹੋ ਇਹ ਕਿਸ ਦੇ ਇਸ਼ਾਰਿਆਂ ਦੇ ਉੱਤੇ ਕਰ ਰਹੇ ਹੋ। ਪਹਿਲਾਂ ਤੁਸੀਂ ਬਿਆਨਬਾਜ਼ੀ ਕਰਦੇ ਸੀ ਕਿਸੇ ਵਿਅਕਤੀ ਵਿਸ਼ੇਸ਼ ਤੇ ਕਰਦੇ ਸੀ, ਕਿਸੇ ਇੱਕ ਬੰਦੇ ਉੱਤੇ ਲੈ ਕੇ ਕਰਦੇ ਸੀ,
ਜਿਸ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਸੀ, ਸਿੱਖ ਸੰਗਤ ਨੂੰ ਕੋਈ ਦਿੱਕਤ ਨਹੀਂ ਸੀ, ਲੇਕਿਨ ਅੱਜ ਤੁਸੀਂ ਸਾਡੀਆਂ ਸੰਸਥਾਵਾਂ ਉੱਤੇ ਅਟੈਕ ਕਰ ਰਹੇ ਹੋ, ਸ਼੍ਰੋਮਣੀ ਕਮੇਟੀ ਤੇ ਅਟੈਕ ਕਰਨਾ ਤੁਸੀਂ ਸ਼ੁਰੂ ਕਰਤਾ, ਔਰ ਇਤਿਹਾਸ ਗਵਾਇਆ ਜਿਹਨੇ ਵੀ ਸਾਡੇ ਇੰਸਟੀਟਿਊਸ਼ਨ ਨੂੰ ਸਾਡੀਆਂ ਸੰਸਥਾਵਾਂ ਤੇ ਕਮਜ਼ੋਰ ਕਰਨ ਦਾ ਯਤਨ ਕੀਤਾ, ਕੌਮ ਨੇ ਪੰਥ ਨੇ ਕਦੀ ਉਸ ਬੰਦੇ ਨੂੰ ਮਾਫ਼ ਨਹੀਂ ਕੀਤਾ। ਉਮੀਦ ਕਰਦਾ ਤੁਸੀਂ ਅੱਗੇ ਉਹਦੀ ਧਿਆਨ ਰੱਖੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।